ਹਾਂ ਬਈ, ਕੀ ਹਾਲ ਚਾਲ? ਲਾਵਾਂ ਤਾਨਾ ਨਹੀਂ ਯਾਰ, ਇਹਦੇ ਤਾਂ ਨਹੀਂ ਲਾਉਣਾ, ਹੋਰ ਕਿਸੇ ਸ਼ਾਇਦ ਲਾਉਣੇ ਇਹਦੇ ਤਾਂ ਨਹੀਂ, ਇਹਦੇ ਮੈਂ ਚੱਕਣੀ ਆ ਰੇੜੀ ਇੱਥੋਂ ਫੜ ਕੇ ਲਾਵਾਂ ਤਾਨਾ। ਉਹ ਖੈਰ ਹਾਂ, ਚੋਰ ਚੋਰ ਆਹ ਕਿੱਧਰ ਆਈ ਜਾਂਦੇ? ਆਹ 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 ਹਾਂ, ਇਹ ਸਿਆਂਡਾ ਖਰਾਬ ਹੋਇਆ, ਕੁੱਕੜੀ ਥੱਲੇ ਰੱਖਿਆ ਸੀ। ਅੱਲਾ ਕੀਤੇ ਦੋਵਾਂ ਚਾਰਾਂ ਦਿਨਾਂ ਨੂੰ ਬੱਚੇ ਨਿਕਲੇ ਹੋਣੇ ਆ, ਮੈਂ ਚੱਕ ਕੀਤੇ। ਚੱਕ ਕਰ ਲੈਣਾ ਚਾਹੀਦਾ, ਵੇਖਦੇ ਰਹਿਣਾ ਚਾਹੀਦਾ, ਕਿਉਂ ਕਿੰਨੀ ਗਰਮੀ ਆ ਨਾ, ਆਂਡੇ ਸਾਰੇ ਵੀ ਖਰਾਬ ਹੋ ਸਕਦੇ, ਥੋੜ੍ਹੇ ਵੀ ਹੋ ਸਕਦੇ ਆ, ਦੋ ਵੀ ਨਿਕਲ ਸਕਦੇ ਇਸ ਪਰ। ਮੈਂ ਨਾ ਰਹਿ ਕੇ ਚਾਰ ਦਿਨ ਬੱਚੇ ਨਿਕਲਣ 'ਚ, 21 ਦਿਨ ਪੂਰੇ ਹੋਣ 'ਚ, ਮੈਂ ਅੱਜ ਆਂਡੇ ਚੱਕ ਕੀਤੇ ਆ ਲੈਟ ਮਾਰ ਕੇ। ਅਸੀਂ ਲੈਟ ਮਾਰ ਕੇ ਚੱਕ ਕਰ ਲਈ ਹੁੰਦੇ, ਜੇ ਲੈਟ ਆਰੋ ਪਾਰ ਹੋ ਜਾਵੇ ਫਿਰ ਆਂਡਾ ਖਰਾਬ ਆ, ਅਤੇ ਜੇ ਨਾ ਲੈਟ ਆਰੋ ਪਾਰ ਹੋਵੇ ਨਾ, ਲੈਟ ਦੇ ਵਿੱਚ ਨਾ ਨਜ਼ਰ ਆਵੇ ਫਿਰ ਸਮਝ ਆਉਂਦੇ ਬੱਚਾ। ਅਤੇ ਇਹ ਮੈਂ ਇਹ ਚੱਕ ਕੀਤਾ, ਦੇਖਣਾ ਲੈਟ ਪਾਰ ਹੋ ਗਈ ਸੀ, ਲੈਟ ਜਦੋਂ ਮਾਰੀ ਨਾ ਇੰਜ ਬੈਲ ਦੀ ਲੰਘ ਗਈ ਸੀ ਚਮਕ। ਅਤੇ ਫਿਲਹਾਲ ਜਿਹੜਾ ਨਾ ਵੀਡੀਓ ਸਟਾਪ ਨਹੀਂ ਕੀਤੀ। ਅਸਲਾਮ ਵਾਲੇਕੁਮ, ਮੈਂ ਤੁਹਾਡਾ ਭਰਾ ਮੁਹੰਮਦ ਉਸਮਾਨ, ਤੁਸੀਂ ਦੇਖਦੇ ਪਏ ਯੂਟਿਊਬ ਚੈਨਲ ਉਸਮਾਨ ਪੇਂਡੂ ਵਲੋਗਸ। ਅਤੇ ਜਿਹੜਾ ਭਰਾ ਸਾਡੇ ਚੈਨਲ 'ਤੇ ਨਵੇਂ ਆ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਜੀ, ਲਾਈਕ ਕਰਕੇ ਦੋਸਤਾਂ ਨਾਲ ਸ਼ੇਅਰ ਕਰ ਦੇਣਾ। ਟਾਈਮ ਸੁਬਹਾ ਸੁਬਹਾ ਦਾ ਹੋ ਗਿਆ, ਇਹ ਨਹੀਂ ਮੈਂ ਦਾ ਪਤਾ 6:30 ਦਾ ਹੋ ਗਿਆ। ਅਤੇ ਆਹ ਸਾਡੀ ਮੁਰਗੀ ਰਹੀ, ਇਹਨੇ 4 ਬੱਚੇ ਲਈ ਫਿਰਦੀ ਉਹ, ਅਤੇ ਬਾਕੀ ਸਾਰੇ ਰੂੜੀ 'ਤੇ ਭੱਜੇ ਫਿਰਦੇ ਆ, ਵੇਖ ਲਓ ਖਿਲਾਰ ਹੁੰਦੇ ਹੀ ਉਹ। ਅਤੇ ਮੁਰਗਾ ਹੀ ਮੇਰਾ ਬਿਮਾਰ ਜਿਹੜਾ, ਉਹ ਕਾਫੀ ਰਾਤੀ ਜ਼ਿਆਦਾ ਬਿਮਾਰ ਹੋ ਗਿਆ, ਉਸਨੂੰ ਦਵਾਈ ਲਿਆਣ ਕੇ ਦਿੱਤੀ ਆ, ਚੱਲ ਕਿਤੇ 2 ਵਾਰੀ 2 ਕੈਪਸੂਲ ਦਿੱਤੇ, ਫਿਰ ਗੋਲੀਆਂ ਦਿੱਤੀਆਂ ਲਿਆਣ ਕੇ, ਹੁਣ ਪਤਾ ਨਹੀਂ ਕਿੱਧਰ ਚਲ ਗਿਆ, ਰਾਤੀ ਤਾਂ ਮਰਨ ਵਾਲਾ ਹੋਇਆ ਖਲੋਤਾ ਸੀ, ਹੁਣ ਅੱਲਾ ਕਿਤੇ ਵਾਹਵਾ, ਅਤੇ ਹੁਣ ਬਾਹਰ ਨੂੰ ਆਇਆ, ਪਤਾ ਨਹੀਂ ਮੈਂ ਵੇਖਦਾ ਕਿੱਧਰ ਗਿਆ, ਆਹ ਦੂਜੀ ਲੈ ਕੇ ਫਿਰਦੀ ਆ। ਹਾਂਜੀ, ਤੋਂ ਹੁਣ ਵਿੱਚ ਡਿੱਗ ਪਈ, ਅੱਗੇ ਇੱਥੋਂ ਬੜੇ ਡਿੱਗ ਕੇ ਮਰੇ ਆ। ਉਹ ਚੜ ਕੇ ਬੈਠਾ ਮੈਂ ਲੱਭਣ ਦਿਆਂ ਜੀ, ਆਹ ਬੈਠਾ ਚੜ ਕੇ, ਆਹ ਵੇਖ ਲਓ ਵੀ ਮੈਂ ਥੱਲੇ ਲੱਭਣ ਦਿਆਂ, ਮੈਂ ਕਿੱਧਰ ਗਿਆ ਇਹ ਨਹੀਂ ਪਤਾ, ਉਹ ਉੱਤੇ ਚੜ ਕੇ ਬੈਠਾ ਹੋਇਆ ਵਾ, ਅਤੇ ਆਹ ਖੜਾ। ਇਹਨੂੰ ਹੋਰ ਦਵਾਈ ਦਿੰਦੇ ਹਾਂ, ਬੁਖਾਰ ਸੀ ਕੱਲ੍ਹ ਕਾਫੀ ਜ਼ਿਆਦਾ, ਹੁਣ ਹੋ ਜੂਗਾ ਇਫੈਕਟ, ਦਵਾਈ ਇੱਕ ਖੁਰਾਕ ਹੋਰ ਦਿੰਦੇ ਹਾਂ, ਅੱਲਾ ਕਿਤੇ ਬਿਹਤਰ ਹੋ ਜੂਗਾ। ਚੜ ਕੇ ਹੁਣ ਉਹ ਬੈਠਾ ਹੀ, ਉਹ ਆਹ ਖਲੋਤਾ ਦੇਖ ਗਿਆ ਹੋਣਾ। ਲਓ ਜੀ ਇੱਧਰ ਦਾ ਵਿਊ ਚੱਕ ਕਰ ਲਓ, ਮਾਸ਼ਾਅੱਲਾ ਸੁਬਹਾ ਸੁਬਹਾ ਦਾ ਟਾਈਮ ਕਿੰਨਾ ਪਿਆਰਾ, ਵਿਲੇਜ ਕਿੰਨਾ ਪਿਆਰਾ ਸੀਨ ਆ ਰਿਹਾ, ਗੁੱਡ। ਆ ਰੂੜੀ ਨਾ ਹੋਵੇ ਤਾਂ ਹੋਰ ਬਿਹਤਰ ਹੋਵੇ। ਚੱਲ ਹੋ ਗਿਆ ਘੋੜੇ ਵਰਗਾ, ਮਾਸ਼ਾਅੱਲਾ, ਚੱਲ ਭੱਜਾ ਹੁਣ, ਚੱਲ 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 ਚੱਲ, ਸ਼ਾਬਾਸ਼, ਆਹ ਆਹ। ਲਓ ਜੀ ਸੋਲਰ ਪਲੇਟ ਆ ਗਈ, ਪੱਖਾ 'ਤੇ ਚਲਾਈਏ, ਬਿਜਲੀ ਅੱਗੇ ਬਹੁਤ ਆ ਮਹਿੰਗੀ ਹੋਈ ਅਤੇ ਬਿੱਲ ਬਹੁਤ ਬਹੁਤ ਹੁੰਦਾ, ਚੱਲ ਆ ਲੇਟ ਆ ਥੱਲੇ ਪੱਖਾ ਚਲਾਉਣ ਵਾਸਤੇ, ਫਿਰ ਡੱਬਾ ਖੋਲੀਏ। ਵਾਓ, ਉਸ ਕੋਨਾ ਦਾ ਸਟਿੱਕਰ ਲੱਗਿਆ, ਇਹਨੂੰ ਲਾ ਦਈਏ। ਚੱਲ 225 ਵੋਲਟ ਦੀ ਆ,
ਹਾਂ ਵੇ ਹੁਣ ਜਾ ਕੇ ਥੱਲੇ ਵੇਖਦੇ ਪੱਖਾ ਚਲਾਉਂਦੇ, ਲੀਡ ਜਿਹੜੀ ਲਾਤੀ ਆ। ਹਾਂ ਬਈ ਲੋ ਜੀ ਆਹ ਖੜੀ ਕਰਤੀ ਆ 15,000 ਦੀ ਹੈ ਜੀ। ਚੱਲ ਪਿਆ ਕਿੰਨੀ ਘਵਾ ਦਿੰਦਾ ਪਿਆ, ਇੰਨਾ ਤੇਜ਼ ਨਹੀਂ ਆ ਹਨਾ। ਲੋ ਜੀ ਸ਼ਾਮਾਂ ਪਈਆਂ ਖੁੱਲਤੀਆਂ ਅਤੇ ਜਿਹੜੀ ਸੋਲਰ ਪਲੇਟ ਨਵੀਂ ਲਿਆਂਦੀ ਅਸੀਂ ਚੰਗੀ ਆ ਜੀ, ਇਹਨੇ ਮੋਇਲ ਲਵਾਈ, ਪੱਖਾ ਦੂੜੋ ਦੂੜ ਚੱਲਿਆ। ਹੁਣ ਛਾਂ ਹੀ ਖਲੋਤੀ, ਪਾਸਾ ਪਲਟਦੀ ਜਾਂਦਾ ਹੁਣ ਆਵੇ। ਕੋਈ ਵੀ ਵਾਰ ਇੰਨੀ ਗਰਮੀ ਪੈਣ ਤੋਂ ਬਾਅਦ ਹਰ ਕਾਰ ਫਿਰ ਬੱਦਲ ਆ ਹੀ ਗਿਆ, ਲਗੇ ਤਾਂ ਵਸ ਜਾਵੇ, ਚੰਗੀ ਗੱਲ ਆ। ਇੱਧਰ ਦੇਖੋ ਹੁਣ ਆ ਗਿਆ ਨਾ ਬੱਦਲ, ਆ ਵੇਖ ਲਓ ਪੈ ਜਾਵੇ ਕਿਤੇ ਬਾਰਿਸ਼ ਨਾ। ਦੁਆਣਾ ਖਾਂਦੀ ਮੁਕੁੱਕੜੀ ਖੜੀਆਂ ਨਾ, ਤਾਂ ਚੂਚੇ ਵੀ ਵੇਖੀ ਛਿੱਲੜਾਂ ਖਾਂਦੇ। ਲਓ ਜੀ ਇਹਨੂੰ ਮੈਂ ਸਿੱਟਦਾ, ਲਾਲ ਸਾੜੀਆਂ ਗਾਵਾਂ ਹੀ ਬੜੇ ਸ਼ੌਂਕ ਨਾਲ ਖਾਂਦੀਆਂ ਦਵਾਉਣਾ। ਉਹ ਲੈ ਸਾਰੇ ਜ਼ਿਆਦੇ ਪੈ ਗਏ, ਇਹਨੂੰ ਆਹ ਨੂੰ ਪਾਉਣੇ ਆ ਡੱਬੀ ਨੂੰ। ਚੱਲ ਝੰਬੋ ਤੁਸੀਂ ਤੇ, ਬੱਦਲ ਆ ਗਿਆ ਬਈ, ਅੱਲਾ ਖੈਰ ਕਰੇ ਬਈ, ਮਾਸ਼ਾਅੱਲਾ ਠੰਡਾ ਮੌਸਮ ਹੋ ਗਿਆ। ਲੋ ਜੀ ਦੋਸਤੋ, ਫਿਲਹਾਲ ਇਹਨਾਂ ਨੇ ਸਾਡੀ ਅੱਜ ਦੀ ਵੀਡੀਓ, ਉਮੀਦ ਕਰਦਾ ਖਿੱਚ ਲੱਗੇ ਲਾਈਕ ਕਰ ਦੇਣਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਦੋਸਤਾਂ ਨਾਲ ਸ਼ੇਅਰ ਕਰ ਦੇਣਾ। ਮਿਲਦਾ ਫਿਰ ਅਗਲੀ ਵੀਡੀਓ, ਚੱਲ ਹਾਫਿਜ਼, ਬਾਏ।